Press the bell icon and never miss a video from newsnumber.com. ਦੋਸਤੋ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਰੰਗ ਪੰਜਾਬ ਦੇ ਵਿੱਚ। ਮੈਂ ਹਾਜ਼ਰ ਹਾਂ ਤੁਹਾਡਾ ਆਪਣਾ ਬਿੱਟੂ ਚੱਕ ਵਾਲਾ। ਦੋਸਤੋ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਸਮੇਂ-ਸਮੇਂ ਤੇ ਪੰਜਾਬ ਨਾਲ ਸੰਬੰਧਿਤ ਪੰਜਾਬੀਅਤ ਨੂੰ ਲੈ ਕੇ ਸਮੇਂ-ਸਮੇਂ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਪੰਜਾਬ ਦੀ ਜਵਾਨੀ ਦੇ ਸਿਰ ਇੱਕ ਬੜਾ ਵੱਡਾ ਮਿਹਣਾ ਪਿਛਲੇ ਕੁਝ ਸਮੇਂ ਤੋਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਪਲੀਤ ਹੋਈ ਹੈ। ਨੌਜਵਾਨ ਜਿਹੜੇ ਉਹ ਰਾਹ ਤੋਂ ਭਟਕ ਚੁੱਕੇ ਨੇ ਅਤੇ ਕੁਰਾਹੇ ਪਈ ਜਵਾਨੀ ਨੂੰ ਕੋਈ ਸੇਧ ਦੇਣ ਵਾਲਾ ਨਹੀਂ ਮਿਲ ਰਿਹਾ। ਪਰ ਪਿੱਛੇ ਜੇ ਅਸੀਂ ਵੇਖਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬੀਆਂ ਦੇ ਨਹੀਂ ਪੂਰੀ ਦੁਨੀਆ ਦੇ ਭਰ ਦੇ ਵਿੱਚ ਬੈਠੇ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਨੌਜਵਾਨ ਹੈਪੀ ਸਿੰਘ, ਜਿਸ ਵੀਰ ਦੀ ਮਿਹਨਤ ਦੀ ਬਦੌਲਤ ਅੱਜ ਕੱਲ੍ਹ ਨੌਜਵਾਨ ਕੁਝ ਕਰਨਾ ਲੋਚਦੇ ਨੇ। ਅੱਜ newsnumber.com 'ਤੇ ਅਸੀਂ ਬਾਈ ਹੈਪੀ ਜੀ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਿੱਟੂ ਵੀਰੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਅਤੇ ਨਾਲ ਦੀ ਨਾਲ newsnumber.com ਨਾਲ ਜਿੰਨੀ ਸਮੁੱਚੀ ਆਡੀਅੰਸ ਜੁੜੀ ਹੋਈ ਆ, ਸਾਰਿਆਂ ਦਾ ਨਿੱਘਾ ਜਿਹਾ ਸਵਾਗਤ ਹੈ। ਤੁਹਾਡੀ ਵੀ ਨਿੱਘੀ ਨਵਾਜ਼ੀ ਸੀ। ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਹਨੇਰਾ ਗਾੜਾ ਹੈ, ਹਿੰਮਤ ਕਰ ਅਲਵੇਲੇ ਰਾਹੀ, ਅਜੇ ਵਧੇਰਾ ਪਹਾੜਾ ਹੈ। ਮੈਂ ਤੁਹਾਡਾ ਪੇਜ ਵੇਖ ਰਿਹਾ ਸੀ, ਤੁਹਾਡੇ ਸ਼ਬਦਾਂ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਇਸ ਨੌਜਵਾਨ ਦੇ ਵਿੱਚ ਜ਼ਰੂਰ ਪੰਜਾਬ ਦੀ ਜਵਾਨੀ ਨੂੰ ਲੈ ਕੇ ਕੁਝ ਨਾ ਕੁਝ ਕਰਨ ਦਾ ਜਜ਼ਬਾ ਹੈ। ਬਿਲਕੁਲ, ਲੋਕ ਸੋਚਦੇ ਨੇ ਕੋਈ ਕੋਈ ਨੌਕਰੀ ਕਰੀਏ, ਕੋਈ ਰੁਜ਼ਗਾਰ ਮਿਲੇ, ਮਾਪਿਆਂ ਦਾ ਸਹਾਰਾ ਬਣੀਏ, ਜਾਂ ਵਿਦੇਸ਼ ਦਾ ਕੋਈ ਟੂਰ ਲੱਗੇ, ਜਾਂ ਕਿਤੇ ਜਹਾਜ਼ ਚੜ੍ਹ ਕੇ ਇਸ ਦੇਸ਼ ਤੋਂ ਚਲੇ ਜਾਈਏ। ਪਰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਲੱਗਿਆ ਹੋਇਆ ਇੱਕ, ਮੈਂ ਆਖੂੰਗਾ, ਇਹ ਗ੍ਰਹਿਣ ਆ ਸਾਡੀ ਜਵਾਨੀ ਦੇ ਮੱਥੇ 'ਤੇ, ਉਸ ਨੂੰ ਤੁਸੀਂ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇਰਾਦੇ ਕਿਵੇਂ ਬਣੇ? ਇਰਾਦੇ ਬਿੱਟੂ ਵੀਰੇ ਆਏ ਹਾਂ ਜੀ, ਇਰਾਦੇ ਕਦੀ ਬਣਦੇ ਨਹੀਂ ਹੁੰਦੇ। ਜੇ ਮੈਂ ਪੰਜਾਬ ਦੀ ਧਰਤੀ 'ਤੇ ਇੱਥੇ ਜੰਮਿਆ ਭਲਿਆ ਅਤੇ ਮੈਨੂੰ ਲੱਗਦਾ ਕਿ ਮੈਨੂੰ ਇਰਾਦੇ ਮੈਨੂੰ ਬਣੇ ਬਣੇ ਮਿਲੇ ਆ ਜੀ। ਮੈਂ ਜਦੋਂ ਇਤਿਹਾਸ ਵੇਖਦਾ, ਇਤਿਹਾਸ ਦੇ ਪੰਨਿਆਂ 'ਤੇ ਉਹਨਾਂ ਇਨਕਲਾਬੀਆਂ ਦੀ ਜਿਹਨਾਂ ਕੁਰਬਾਨੀਆਂ ਦਿੱਤੀਆਂ, ਉਹਨਾਂ ਸੂਰਬੀਰ ਯੋਧਿਆਂ ਬਾਰੇ ਦੇਖਦਾ, ਫਿਰ ਮੈਨੂੰ ਲੱਗਦਾ ਕਿ ਇਰਾਦੇ ਜੋ ਅਧੂਰੇ ਪਏ ਆ। ਸੋ ਪੜ੍ਹਾਈ ਤੋਂ ਬਾਅਦ ਜਦੋਂ ਚਲੋ ਨਿੱਕੀ ਮੋਟਾ ਮੈਂ ਕੰਮ ਕਰਦਾ ਸੀਗਾ, ਉਸ ਦੇ ਨਾਲ ਨਾਲ ਕਮਾਈ ਕਰਨ ਦੇ ਨਾਲ ਨਾਲ ਕੁਝ ਚੰਗੀਆਂ ਸੋਚਾਂ ਹੱਥ ਲੱਗ ਗਈਆਂ, ਚੰਗੀਆਂ ਕਿਤਾਬਾਂ ਹੱਥ ਲੱਗ ਗਈਆਂ। ਬਸ ਇਹ ਹੁਣ ਮਨ ਵਿੱਚ ਕਦੀ ਰਿਹਾ ਕਿ ਕਮਾਉਣਾ, ਹੁਣ ਇਹੀ ਰਹਿ ਗਿਆ ਕਿ ਕੁਝ ਪੰਜਾਬ ਲਈ ਕੁਝ ਕਰਨਾ ਅਤੇ ਪੰਜਾਬ ਦਾ ਸਹੀ ਅਕਸ ਅੱਗੇ ਲੈ ਕੇ ਆਉਣਾ। ਕਿਉਂਕਿ ਸੋਚ ਪੰਜਾਬ ਦੀ ਤਸੀਰ ਦੇ ਵਿੱਚ, ਪੰਜਾਬ ਦੇ ਇਤਿਹਾਸਿਕ ਪੰਨੇ ਵਿੱਚ ਅਜੇ ਅਧੂਰੀ ਪਈ ਆ, ਬਸ ਉਹੀ ਲੋਕਾਂ ਬਾਰੇ ਪੂਰੀ ਕਰਨੀ ਆ। ਜਦੋਂ ਤੁਸੀਂ ਇਹ ਸੋਚਿਆ ਸੀ ਕਿ ਮੈਂ ਪੰਜਾਬ ਦੇ ਲੋਕਾਂ ਲਈ, ਪੰਜਾਬ ਲਈ ਕੁਝ ਕਰਨਾ, ਸਭ ਤੋਂ ਪਹਿਲਾਂ ਕੀ ਕਰਨ ਦਾ ਸੋਚਿਆ ਸੀ? ਸਭ ਤੋਂ ਪਹਿਲਾਂ ਸਟਾਰਟਿੰਗ ਜਦੋਂ ਮੈਂ ਕੁਝ ਲਿਟਰੇਚਰ ਪੜ੍ਹਦਾ ਜਾਂ ਕਿਤਾਬਾਂ ਪੜ੍ਹਿਆ ਕਰਨੇ ਵੀਰੇ, ਉਦੋਂ ਸਭ ਤੋਂ ਪਹਿਲਾਂ ਮੈਨੂੰ ਹੈਰਾਨਗੀ ਹੁੰਦੀ, ਜਾਂ ਤਾਂ ਇਤਿਹਾਸ ਝੂਠ ਮਾਰਦਾ, ਠੀਕ ਹੈ, ਜਾਂ ਲਿਖਣ ਵਾਲਾ ਝੂਠਾ। ਤਾਂ ਜਦੋਂ ਉਹਦੀ ਗਹਿਰਾਈ ਵਿੱਚ ਵੇਖਿਆ ਤਾਂ ਮੈਨੂੰ ਸਭ ਤੋਂ ਪਹਿਲਾਂ ਇਹੀ ਕਰਨ ਬਾਰੇ ਸੋਚਿਆ, ਕਿਉਂਕਿ ਮੈਂ ਯੰਗ ਏਜ ਦਾ ਵੀਰੇ, ਮੈਂ ਮਿਹਨਤ ਕਰਦਾ, ਇੱਕ ਮਜ਼ਦੂਰ ਪਰਿਵਾਰ ਵਿੱਚੋਂ ਹਾਂ, ਠੀਕ ਹੈ, ਅਤੇ ਅੱਜ ਕਿਸਾਨ ਵਿੱਚ ਮਜ਼ਦੂਰ ਵਿੱਚ ਵੱਡਾ ਫਰਕ ਹੈ ਨਹੀਂ ਕੋਈ, ਉਸ ਪਰਿਵਾਰ ਵਿੱਚੋਂ ਹਾਂ, ਅਤੇ ਉੱਥੋਂ ਇਹੀ ਸੋਚਿਆ ਕਿ ਨੌਜਵਾਨ ਹੋਣ ਦੇ ਨਾਤੇ ਹੁਣ ਤੱਕ ਜਿੰਨੀਆਂ ਕਾਢਾਂ ਹੋਈਆਂ ਜਾਂ ਜਿੰਨੇ ਕੀ ਸਾਡੇ ਇੱਥੇ ਇਨਕਲਾਬੀ ਯੋਧੇ ਹੋਏ ਆ, ਸਾਰਿਆਂ ਨੇ ਕੋਈ ਨਾ ਕੋਈ ਦੇਸ਼ ਲਈ ਕੀਤਾ। ਸੋ ਮੇਰੇ ਲਈ ਇਹ ਸੀਗਾ, ਜਿੰਨੇ ਕੁ ਮੇਰੇ ਹੱਡਾਂ ਵਿੱਚ ਜਾਨ ਹੈਗੀ ਆ, ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਇੱਕ ਹੋਕਾ ਲਾਵਾਂ ਕਿ ਵੀਰੇ ਉਹ ਮੁੜ ਆਓ। ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਜਦੋਂ ਕੋਈ ਇਨਸਾਨ ਕਿਸੇ ਖੇਤਰ ਵੱਲ ਕਰਨਾ ਚਾਹੁੰਦਾ, ਕਿਸੇ ਖੇਤਰ ਵੱਲ ਜਾਣਾ ਚਾਹੁੰਦਾ, ਕੁਝ ਕਰਨਾ ਲੋਚਦਾ, ਤਾਂ ਉਹ ਸੋਚਦਾ ਕਿ ਮੈਂ ਵਿੱਦਿਆ ਵੱਲ ਜਾਵਾਂ, ਕੋਈ ਸੋਚਦਾ ਮੈਂ ਗਾਇਕ ਬਣਾਂ, ਗੀਤਕਾਰ ਬਣਾਂ, ਕੋਈ ਡਾਕਟਰ ਬਣਨਾ ਲੋਚਦਾ। ਪਰ ਤੁਸੀਂ ਫਿਜ਼ੀਕਲੀ ਸਰੀਰ ਨੂੰ ਜਿਹੜਾ ਝੰਜੋੜਨਾ, ਇਹਨੂੰ ਲੋਹਾ ਬਣਾਉਣਾ ਸ਼ੁਰੂ ਕਰ ਦਿੱਤਾ। ਨਹੀਂ, ਇਹ ਚੀਜ਼ ਸਾਡੇ, ਮੈਂ ਦੱਸਿਆ ਕਿ ਸਾਡੀ ਮਿੱਟੀ ਦੇ ਵਿੱਚ, ਪੰਜਾਬ ਦੀ ਮਿੱਟੀ ਦੇ ਵਿੱਚ ਸਾਨੂੰ ਇਹ ਖੁਸ਼ਬੂ ਮਿਲਦੀ ਆ।
ਅਸੀਂ ਪੰਜਾਬੀ ਮਿਹਨਤਾਂ ਕਰਨੀਆਂ ਜਾਣਦੇ ਹਾਂ, ਅਸੀਂ ਖੁਰਾਕਾਂ ਖਾਣੀਆਂ ਜਾਣਦੇ ਹਾਂ। ਅੱਜ ਅਫਸੋਸ ਆ ਕਿ ਸਾਡੀ ਉਹ ਦਿਮਾਗ 'ਚੋਂ ਫਿਜ਼ੀਕਲੀ ਫਿੱਟ ਹੋਣਾ, ਮਿਹਨਤ ਕਰਨੀ, ਬਾਹਰ ਨਿਕਲ ਕੇ ਕਿਤੇ ਨਾ ਕਿਤੇ ਨਸ਼ਾ ਹੱਡਾਂ 'ਚ ਵੜ ਗਿਆ, ਗਾਇਕੀ ਹੱਡਾਂ 'ਚ ਵੜੀ ਆ ਜਾਂ ਕਾਮਯਾਬੀ ਹੱਡਾਂ 'ਚ ਵੜੀ ਆ। ਪਰ ਠੀਕ ਆ, ਉਹ ਵੀ ਜ਼ਰੂਰੀ ਆ, ਉਹ ਵੀ ਇੱਕ ਜ਼ਿੰਦਗੀ ਦਾ ਇੱਕ ਅਲੱਗ ਪਾਰਟ ਆ। ਪਰਿਵਾਰਕ ਚਿੰਤਾ ਕਰੋ, ਆਪਣੀ ਚਿੰਤਾ ਕਰੋ, ਪਰ ਮੈਂ ਕਿਹਾ ਨਾਲ ਦੀ ਨਾਲ ਸਮਾਜ ਦੀ ਵੀ ਚਿੰਤਾ ਕਰੋ, ਹੈ ਨਾ। ਜਿਸ ਦੇਸ਼ ਦਾ ਖਾਨੇ ਆ ਉਹਦੇ ਲਈ ਵੀ ਕੋਈ ਨਾ ਕੁਝ ਕਰੋ। ਸੋ ਮੈਂ ਕਹਿੰਦਾ ਕਿ ਇਹ ਮੈਂ ਕੁਝ ਵੱਖਰਾ ਕੰਮ ਨਹੀਂ ਕੀਤਾ ਕਿ ਕੋਈ ਵੱਖਰਾ ਕੰਮ ਕਰਦਾ ਹੋਵੇ, ਇਹ ਹਰ ਇੱਕ ਨੌਜਵਾਨ ਨੂੰ ਮੈਂ ਕਹਿੰਦਾ ਕਰਨਾ ਚਾਹੀਦਾ, ਜੋ ਅੱਜ ਹਰ ਇੱਕ ਨੌਜਵਾਨ ਭੁੱਲਦਾ ਜਾਂਦਾ ਵੀਰੇ। ਸਤਲੁਜ ਦਰਿਆ ਦੇ ਕੰਢੇ ਤੁਹਾਡਾ ਜਿਹੜਾ ਪਿੰਡ ਹੈ ਬਿਲਕੁਲ ਬੁੱਕਲ ਦੇ ਵਿੱਚ ਵਸਿਆ ਹੋਇਆ, ਸੰਗੋਵਾਲ ਨਗਰ ਹੈ। ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਅਤੇ ਪਰਿਵਾਰ ਬਾਰੇ ਦੱਸੀਏ ਆਪਾਂ ਦਰਸ਼ਕਾਂ ਨੂੰ, ਤਾਂ ਜੋ ਜਾਣ ਸਕਣ ਕਿ ਇੱਕ ਨੌਜਵਾਨ ਆਮ ਪਰਿਵਾਰ 'ਚੋਂ, ਜਿਵੇਂ ਤੁਸੀਂ ਦੱਸਿਆ ਮਿਹਨਤਕਸ਼ ਪਰਿਵਾਰ 'ਚੋਂ ਆਏ ਹੋ, ਕਿਵੇਂ ਆਪਣੇ ਸਰੀਰ ਨੂੰ ਸਾਂਭ ਸਕਦਾ, ਕਿਵੇਂ ਲੋਕਾਂ ਲਈ ਮਾਰਗਦਰਸ਼ਕ ਬਣ ਸਕਦਾ? ਹਾਂ ਬਿਲਕੁਲ ਭਾਅ ਜੀ, ਜੇ ਮੈਂ ਪਰਿਵਾਰਕ ਆਪਣੇ ਪਿਛਲੀ ਪਿਛੋਕੜ ਦੀ ਗੱਲ ਕਰਦਾ ਤਾਂ ਉਹ ਕੋਈ ਰਾਜਿਆਂ ਬਾਜਿਆਂ ਦਾ ਹਿਸਾਬ ਤਾਂ ਪਤਾ ਹੈ ਨਹੀਂ ਗਾ, ਹੈ ਨਾ। ਇੱਕ ਮਜ਼ਦੂਰ ਫੈਮਿਲੀ ਮੈਂ ਬਿਲੋਂਗ ਕਰਦਾ, ਜਿਹੜਾ ਮਜ਼ਦੂਰ 250-350 ਦੀ ਦਿਹਾੜੀ ਕਮਾ ਕੇ ਆਪਾਂ ਰੋਜ਼ੀ ਰੋਟੀ ਚਲਾਉਂਦਾ, ਉਹ ਮਜ਼ਦੂਰ ਮੈਂ, ਉਹ ਕਹਿੰਦਾ ਮਤਲਬ ਕਿ ਉਹ ਫੈਮਿਲੀ ਮੈਂ ਬਿਲੋਂਗ ਕਰਦਾ। ਅਤੇ ਇਸ ਫੈਮਿਲੀ ਵਿੱਚੋਂ ਜਦੋਂ ਮੈਂ ਚਲੋ ਮੈਚਿਓਰ ਹੋਇਆ, ਵੱਡਾ ਹੋਇਆ, ਬਸ ਉਹੀ ਕੁਝ ਚੰਗੀਆਂ ਕਿਤਾਬਾਂ ਹੱਥ ਲੱਗੀਆਂ, ਕੁਝ ਸੋਚਾਂ ਲੱਗੀਆਂ, ਅਤੇ ਉਹਨਾਂ ਨੇ ਖੂਨ ਦੇ ਵਿੱਚ ਆਪਣੇ ਅੰਦਰ ਇੱਕ ਇਹੋ ਜਿਹੀ ਤੂਫਾਨ ਪੈਦਾ ਕੀਤਾ ਕਿ ਸਾਰੇ ਹੀ ਆਪਣੇ ਪਰਿਵਾਰਾਂ ਲਈ ਮਰਦੇ ਆਏ ਆ, ਰਿਸ਼ਤੇਦਾਰਾਂ ਲਈ ਮਰਦੇ ਆਏ ਆ, ਧੀਆਂ ਪੁੱਤਰਾਂ ਲਈ ਮਰਦੇ ਆਏ ਆ। ਪਰ ਯਾਰ ਉਹ ਵੀ ਤਾਂ ਯੋਧੇ ਵੀ ਕਿਸੇ ਮਾਂ ਦੇ ਪੁੱਤਰ ਸੀ, ਭਗਤ ਸਿੰਘ ਦੀ ਗੱਲ ਕਰਦਾ, ਮੰਗਲ ਪਾਂਡੇ ਵਰਗੇ, ਬਾਬਾ ਸੋਹਣ ਸਿੰਘ ਭਕਲਾ, ਬਾਬਾ ਬੰਦਾ ਸਿੰਘ ਬਹਾਦਰ, ਸਾਨੂੰ ਹਜ਼ਾਰਾਂ ਇਹੋ ਜਿਹੇ ਸਾਨੂੰ ਸੂਰਬੀਰ ਯੋਧੇ ਮਿਲ ਜਾਣਗੇ। ਤੁਹਾਡਾ ਪਿਛੋਕੜ ਹੈ ਜਿਹੜਾ ਪਿੰਡ ਆ, ਮੇਰਾ ਖਿਆਲ ਉਹ ਜਲੰਧਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ? ਬਿਲਕੁਲ ਜੀ, ਹਾਂਜੀ। ਅਤੇ ਹਾਂਜੀ, ਜਲੰਧਰ ਜੀ ਨੂੰ ਬਿਲੋਂਗ ਕਰਦਾ, ਇੱਕ ਦੋ ਤਾਰਾ ਵੱਜਦਾ ਨਹੀਂ, ਸੋਹਣੀ ਹੈ ਨੂਰ ਮਹਿਲ ਦੀ ਮੋਹਰੀ, ਬਿਲਕੁਲ ਨੂਰ ਮਹਿਲ ਦੇ ਲਾਗੇ, ਹੈ ਨਾ। ਅਤੇ ਉਹ ਲਾਗੇ ਪੈ ਜਾਂਦਾ, ਅਤੇ ਮੈਂ ਦੱਸ ਰਿਹਾ ਸੀ ਕਿ ਵੀਰੇ ਮਜ਼ਦੂਰ ਫੈਮਿਲੀ ਵਿੱਚੋਂ ਉੱਠ ਕੇ ਵੀ ਅਸੀਂ ਮਿਹਨਤ ਕਰ ਸਕਦੇ ਹਾਂ, ਅਸੀਂ ਠੀਕ ਹੈ ਠੀਕ ਅੱਜ ਸਿਸਟਮ ਸਾਡਾ ਸਾਥ ਨਹੀਂ ਦੇ ਰਿਹਾ, ਸਾਨੂੰ ਕੋਈ ਵਧੀਆ ਪੱਧਰ ਦੀ ਸਿਹਤ ਜਾਂ ਖੁਰਾਕ ਨਹੀਂ ਹੈਗੀ, ਪਰ ਜਿੰਨਾ ਕੁ ਅਸੀਂ ਕੋਲੋਂ ਖੁਦ ਐਫਰਟ ਕਰੀਏ। ਤੁਸੀਂ ਜਿਹੜਾ ਹਾਰਡ ਵਰਕ ਕਰਦੇ ਹੋ ਕਾਫੀ ਜ਼ਿਆਦਾ, ਅਤੇ ਇਹਦੇ ਵਿੱਚ ਕਿਹੜੀ ਕਿਹੜੀ ਐਕਟੀਵਿਟੀ ਹੈ ਜਿਹੜੀ ਤੁਸੀਂ ਕਰਦੇ ਹੋ, ਉਹ ਥੋੜ੍ਹਾ ਆਪਾਂ ਦਰਸ਼ਕਾਂ ਨੂੰ ਦੱਸੀਏ। ਸਭ ਤੋਂ ਜ਼ਿਆਦਾ ਮੇਰੀ ਐਕਟੀਵਿਟੀ ਤੁਸੀਂ ਮੇਰੀ ਪੂਰੀ ਬੋਡੀ ਫਿਜ਼ਿਕਸ ਸਾਰੀ ਫਿਟਨੈਸ ਦੇਖੀ ਨਹੀਂ ਵੀਰੇ ਬਿੱਟੂ ਵੀਰੇ, ਉਹ 'ਚ ਮੇਰਾ ਜ਼ਿਆਦਾ ਸਟੈਮਿਨਾ ਵਰਕ ਆ, ਮੈਂ ਗਰਾਊਂਡ ਵਰਕ ਕਰਦਾ, ਅਤੇ ਬਾਕੀ ਮਿਹਨਤ ਬਹੁਤ ਕਰੀ ਆ, ਮਜ਼ਦੂਰੀ ਕਰੀ ਆ, ਐਂ ਖੂਨ ਪਸੀਨਾ ਇੱਕ ਕਰਕੇ ਕਰੀ ਆ। ਸੋ ਉਹੀ ਕਹਿੰਦੇ ਕਿ ਸਾਡੇ ਪੰਜਾਬੀ ਚਾਹ ਨਾਲ ਰੋਟੀ ਅਤੇ ਚਾਰ ਨਾਲ ਰੋਟੀ ਖਾ ਕੇ ਵੀ ਕੰਮ ਚਲਾ ਲੈਂਦੇ ਆ, ਹੈ ਨਾ। ਅਤੇ ਬਸ ਕੁਝ ਇੱਦਾਂ ਦਾ ਸਿਲਸਿਲਾ ਹੈ। ਅਤੇ ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਆਮ ਤੌਰ 'ਤੇ ਅਸੀਂ ਵੇਖਿਆ ਕਿ ਤੁਸੀਂ ਟੈਂਕੀ ਉੱਪਰ ਚੜ੍ਹਨਾ ਵਜਨ ਚੁੱਕ ਕੇ, ਅਤੇ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀ ਨੇ ਜਿਹੜੀਆਂ ਤੁਸੀਂ ਥੋੜ੍ਹੀਆਂ ਆਪਾਂ ਉਹਨਾਂ ਨੂੰ ਖੋਲ੍ਹ ਕੇ ਦੱਸੀਏ? ਬਿਲਕੁਲ ਜੀ, ਮੇਰਾ ਇੱਕ ਹਫ਼ਤੇ ਦਾ ਸ਼ਡਿਊਲ ਹੁੰਦਾ, ਔਰ ਹਫ਼ਤੇ ਵਿੱਚ ਮੇਰੀ 5 ਕਿਲੋ ਦੀ ਰਨਿੰਗ ਹੁੰਦੀ ਆ, ਹੈ ਨਾ, ਉਹ ਅਸੀਂ 2 ਦਿਨ ਕਰਨੀ ਹੁੰਦੀ ਆ। ਫਿਰ ਉਸ ਤੋਂ ਬਾਅਦ ਸਿਰਫ ਸਾਰੇ ਕਹਿੰਦੇ ਹੈਪੀ ਤੂੰ ਜਿੰਮ ਕਰਦਾ, ਯੋਗ ਕਰਦਾ, ਵੋ ਕਰਦਾ, ਮੈਂ ਕੁਝ ਨਹੀਂ, ਇਸ ਇਲਾਵਾ ਸਿਰਫ 2 ਦਿਨ ਜਿੰਮ ਕਰਦਾ, ਉਹ ਹੀ ਮੈਂ ਮਸਲ ਨੂੰ ਪਾਵਰ 'ਚ ਰੱਖਣ ਲਈ, ਠੀਕ ਆ। ਬਾਕੀ ਮੇਰੀ ਰੇਤਾ 'ਚ ਮਿਹਨਤ ਹੁੰਦੀ ਆ, ਉੱਥੇ ਕਰਦਾ ਮੈਂ। ਬਾਕੀ ਕਿਤੇ ਬੂਟਿਆਂ ਦੇ ਸਾਡੇ ਇੱਥੇ ਪਾਪੂਲਰ ਬਹੁਤ ਪੱਟਦੇ ਆ, ਉੱਥੇ ਆ ਕੇ ਕੁਹਾੜਾ ਬਹੁਤ ਚਲਾਉਂਦਾ ਮੈਂ, ਠੀਕ ਆ। ਅਤੇ ਜੇ ਟੈਂਕੀ ਦੀ ਗੱਲ ਕਰਦੇ ਤੁਸੀਂ, ਉਹ ਮੈਂ ਤੁਹਾਨੂੰ ਸ਼ਾਇਦ ਤੁਹਾਡੇ ਸਵਾਲ ਪੁੱਛੋ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਇੰਡੀਅਨ ਆਰਮੀ ਦਾ ਨੌਜਵਾਨ ਹੈਗੇ ਆ ਮਨਜੀਤ ਸਿੰਘ, ਫੌਜੀ ਵੰਡਮੈਨ ਆਰਮੀ, ਉਹਨਾਂ ਨੇ ਤਿਆਰੀ ਕਰਵਾਈ ਸੀ। ਸੋ ਪੌੜੀਆਂ ਦੀ ਨਿੱਕਾ ਮੋਟਾ ਵਰਕ ਬਸ ਕਰੀ ਜਾਂਦੇ ਭਾਅ ਜੀ। ਜੀ ਜੀ, ਹਾਂਜੀ। ਇਸ ਤੋਂ ਇਲਾਵਾ ਤੁਸੀਂ ਮੇਰੇ ਖਿਆਲ ਟਾਇਰ ਦੇ ਨਾਲ ਵੀ ਜਿਹੜੀ ਆਪਣੀ ਪ੍ਰੈਕਟਿਸ ਆ, ਅਤੇ ਹੋਰ ਵੀ ਨਿੱਕੇ ਮੋਟੀਆਂ ਐਕਟੀਵਿਟੀ ਜਿਹੜੀਆਂ ਤੁਸੀਂ ਨਾਲ ਦੀ ਨਾਲ ਕਰ ਰਹੇ ਹੋ? ਹਾਂਜੀ, ਟਾਇਰ ਦੀ ਪ੍ਰੈਕਟਿਸ ਬਹੁਤ ਅੱਛੀ ਪ੍ਰੈਕਟਿਸ ਆ, ਉਹ ਟਾਇਰ ਦੀ ਪ੍ਰੈਕਟਿਸ ਜਿੱਦਾਂ ਕਿ ਤੁਹਾਡੇ ਸ਼ੋਲਡਰ ਲਈ, ਸ਼ੋਲਡਰ ਪਾਵਰ ਲਈ, ਹੈ ਨਾ, ਐਪਸ ਲਈ ਬਹੁਤ ਵਧੀਆ, ਉਹਦੇ ਲਈ ਕੰਮ ਕਰਦੇ ਹੋ, ਤੁਹਾਡੇ ਪੂਰੇ ਅਪਰ ਬੋਡੀ, ਲੋਅਰ ਬੋਡੀ, ਹੈ ਨਾ, ਅਪਰ ਬੋਡੀ 'ਤੇ ਅੱਛਾ ਕੰਮ ਕਰਦੀ ਆ।
ਲੋਅਰ ਬੋਡੀ ਲਈ ਤੁਸੀਂ ਰਨਿੰਗ ਕਰਦੇ ਹੋ ਜਾਂ ਪੱਟ ਲਾਉਂਦੇ ਹੋ ਜਿਮ ਦੇ ਵਿੱਚ ਨਾ, ਮੈਂ ਸਿੱਧਾ ਦੇਸੀ ਬੋਲਦਾ, ਦੇਸੀ ਮੈਂ ਹੀ ਹਮੇਸ਼ਾ ਕਹਿੰਦਾ ਕਿ ਮੈਂ ਦੇਸੀ ਬੰਦਾ, ਦੇਸੀ ਖੁਰਾਕ ਖਾਂਦਾ ਅਤੇ ਦੇਸੀ ਬੋਲਦਾ, ਹੈ ਨਾ, ਅਤੇ ਉਹ ਰੇਤਾਂ ਦਾ ਵਰਕ ਕਰ ਲਿਆ ਬਸ ਇੱਦਾਂ ਨਾਲ। ਵੱਡੇ ਪੱਧਰ 'ਤੇ ਪ੍ਰੋਫੈਸ਼ਨਲੀ ਮੇਰਾ ਵਰਕ ਨਹੀਂ ਹੈਗਾ, ਮੇਰਾ ਵੱਡਾ ਕੋਈ ਕੋਚ ਮੇਰੇ ਕੋਲ ਹੈਗਾ ਆ, ਦੱਸਿਆ ਕਿ ਜੇ ਮਜ਼ਦੂਰ ਫੈਮਿਲੀ 'ਚੋਂ ਹਾਂ ਤਾਂ ਬਸ ਉਹੀ ਦੇਸੀ ਕੰਮ ਆ ਮੇਰਾ, ਅਤੇ ਅੱਜ ਲੋਕ ਪਸੰਦ ਵੀ ਕਰਦੇ ਆ, ਅਤੇ ਉਹ ਸਾਡੇ 'ਚੋਂ ਚੀਜ਼ਾਂ 'ਚ ਨਿਕਲ ਕੇ ਬਾਹਰ ਕਿਤੇ ਦੂਰ ਹੋ ਗਈਆਂ ਨੇ, ਜੋ ਮੈਂ ਲੋਕਾਂ ਦੇ ਮੂਹਰੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਆਹ ਪੱਖ ਪਛਾਣੀਏ, ਸਾਡਾ ਆਹ ਪੱਖ ਨਹੀਂ ਹੈਗਾ। ਤੁਹਾਡਾ ਇਹ ਦੱਸਣ ਤੋਂ ਬਾਅਦ ਕਿੰਨਾ ਕੁ ਲੋਕਾਂ ਦੇ ਵਿੱਚ ਤੁਹਾਨੂੰ ਉਤਸ਼ਾਹ ਮਿਲਿਆ ਕਿ ਲੋਕ ਇਹ ਪੱਖ ਸਮਝਣ ਦੇ ਯੋਗ ਹੋਏ ਜਾਂ ਸਮਝਣ ਲੱਗੇ? ਹਾਂ, ਇਹ ਇੱਕੋ ਹੀ ਹੁੰਦਾ ਕਿ ਇੱਕ ਤਾਂ ਹੁੰਦਾ ਬੰਦੇ ਨੇ ਅਸੀਂ ਕੰਮ ਕਰਨਾ ਸ਼ੁਰੂ ਕਰਨਾ ਫੇਮਸ ਹੋਣਾ, ਪਰ ਮੈਂ ਅਧੂਰੇ ਇਰਾਦਿਆਂ ਨੂੰ ਅਧੂਰੀਆਂ ਸੋਚਾਂ ਨੂੰ ਮੂਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਭਗਤ ਸਿੰਘ ਦੀ ਡਾਇਰੀ ਕਿਤੇ ਅਧੂਰੀ ਪਈ ਆ, ਹੈ ਨਾ, ਅਤੇ ਕਿਤੇ ਨਾ ਕਿਤੇ ਉਹਨਾਂ ਇਨਕਲਾਬੀ ਯੋਧਿਆਂ ਦੀ ਸੋਚਾਂ ਅਧੂਰੀਆਂ ਪਈਆਂ, ਸੋ ਮੇਰੇ ਕੋਲ ਮੈਂ ਕੋਲੋਂ ਕੁਝ ਨਹੀਂ ਕੀਤਾ, ਕੁਝ ਅਧੂਰੀਆਂ ਚੀਜ਼ਾਂ ਲੋਕਾਂ ਮੂਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਮੈਂ ਨੋ ਡਾਊਟ ਅੱਜ ਵੀ ਸਾਡੇ ਪੰਜਾਬ ਦੇ ਲੋਕ ਪੁਰਾਣਾ ਪੰਜਾਬ, ਪੁਰਾਣੀਆਂ ਖੁਰਾਕਾਂ, ਪੁਰਾਣੇ ਜੌਹਰ ਕਰਤੱਵ, ਖੇਡਾਂ ਸਾਰੀਆਂ ਪਸੰਦ ਕਰਦੇ ਆ, ਸੋ ਮੈਂ ਉਹ ਲੋਕਾਂ ਦੇ ਮੂਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਮੈਂ ਕਹਿੰਦਾ ਪੂਰੇ ਪੰਜਾਬ ਨੇ ਨਹੀਂ ਭਾਜੀ, ਪੂਰੇ ਵਰਲਡ ਵਿੱਚ ਜਿੱਥੇ ਪੰਜਾਬੀ ਬੈਠੇ ਆ, ਗੋਰੇ ਲੋਕ ਵੀ ਇੱਥੋਂ ਤੱਕ ਕਿ ਮੇਰੇ ਟੈਂਕੀ ਵਾਲੀ ਵੀਡੀਓ ਵੇਖ ਰਹੇ ਸੀਗੇ ਕਿ ਉਹ ਜਿੱਦਾਂ ਕਿ ਬਾਹਰੋਂ ਫੋਨ ਆਇਆ, ਔਰ ਪੂਰੇ ਵਰਲਡ ਨੇ ਮੈਨੂੰ ਜਿੱਥੇ ਵੀਰ ਬੈਠੇ ਆਪਣੇ ਸਾਰਿਆਂ ਰਿਸਪੋਂਸ ਕੀਤਾ ਭਾਅ ਜੀ, ਅਤੇ ਮੈਂ ਹੋਰ ਵੀ ਅੱਗੇ ਇਹੋ ਜਿਹੇ ਇਵੈਂਟਸ ਕਰਨੇ ਆ, ਕੁਝ ਇਹੋ ਜਿਹੇ ਪ੍ਰੋਜੈਕਟ ਕਰਨੇ ਆ ਜਿੱਥੇ ਦੇਸੀ ਖੁਰਾਕ, ਦੇਸੀ ਕੰਮ ਹੋਵੇ, ਦੇਸੀ ਜ਼ੋਰ ਹੋਵੇ, ਅਤੇ ਮੈਂ ਕਹਿੰਦਾ ਲੋਕ ਹੁੱਬ ਕੇ ਸਪੋਰਟ ਕਰਦੇ ਭਾਅ ਜੀ। ਤੁਸੀਂ ਹਲਟ ਵਾਲੀ ਵੀ ਇੱਕ ਐਕਟੀਵਿਟੀ ਕਰਦੇ ਹੋ ਜਿਹੜੀ ਲੋਕਾਂ ਨੇ ਬੜੀ ਪਸੰਦ ਕੀਤੀ? ਹਾਂਜੀ ਹਾਂਜੀ, ਉਹ ਹਲਟ ਬਿੱਟੂ ਵੇਰੇ ਕਿਸੇ ਟਾਈਮ ਹਲਟ ਖਿੱਚਣਾ ਆਮ ਗੱਲ ਸੀਗੀ, ਕਿਸੇ ਨੇ ਹਰ ਕਿਸੇ ਨੇ ਹੁਣ ਤੱਕ ਬੋਲ ਜਾਂ ਝੋਟੇ ਸੰਡੇ ਦੇਖੇ ਦੌੜਦੇ, ਪਰ ਕਿਸੇ ਮਾਂ ਦਾ ਪੁੱਤ ਨਹੀਂ ਵੇਖਿਆ, ਸੋ ਇਹ ਇੱਕ ਅਲੱਗ ਚੀਜ਼ ਸੀ ਮੈਨੂੰ ਸੀਗਾ ਕਿ ਅਸੀਂ ਇਹਦੇ ਵੀ ਨਹੀਂ ਸੀਗਾ ਕਿ ਅਲੱਗ ਚੀਜ਼ ਕਰਕੇ ਫੇਮਸ ਹੋਣਾ, ਅਲੱਗ ਇਹ ਸੀਗਾ ਕਿ ਜ਼ੋਰ ਦਿਖਾਉਣਾ ਕਿ ਪੰਜਾਬੀਆਂ ਦੇ ਹੱਡਾਂ ਦੇ ਵਿੱਚ ਅਜੇ ਤੱਕ ਮਸਲ ਦੇ ਵਿੱਚ ਇਸ ਆਹ ਜੁੱਸੇ ਦੇ ਵਿੱਚ ਦਮ ਹੈਗਾ, ਅਸੀਂ ਨਸ਼ੇ ਤੱਕ ਸੀਮਤ ਨਾ ਰਹਿ ਜਾਈਏ, ਅਸੀਂ ਖੁਰਾਕਾਂ ਖਾਣੀਆਂ ਜਾਣਦੇ ਹਾਂ, ਸੋ ਉਹ ਸਾਬਤ ਉਹ ਲੋਕਾਂ ਨੇ ਦਿਖਾਉਣਾ ਸੀ ਭਾਅ ਜੀ। ਕਿੰਨੇ ਕੁ ਨੌਜਵਾਨ ਮੁੰਡੇ ਨੇ ਜਿਹੜੇ ਤੁਹਾਨੂੰ ਵੇਖ ਕੇ ਕੁਛ ਕਰਨਾ ਚਾਹੁੰਦੇ? ਮੈਂ ਤੁਹਾਨੂੰ ਰੀਅਲ ਗੱਲ ਦੱਸਦਾ ਕਿ ਮੈਂ ਉਹ ਨਾਮ ਹੀ ਲਵਾਂਗਾ, ਹੁਸ਼ਿਆਰਪੁਰ ਤੋਂ ਮੇਰਾ ਭਰਾ ਹੈਗਾ ਮਨਜੀਤ ਚੌਟਾਲਾ, ਉਹ ਵੀਰ ਕੇ ਨਿੱਕਾ ਮੋਟਾ ਪੈਗ ਲਾਉਂਦਾ ਸੀਗਾ, ਜਿੱਦਾਂ ਮੈਨੂੰ ਫੋਲੋ ਕਰਦਾ ਬਾਈ ਨੇ ਸਰੀਰ ਫਿੱਟ ਕਰ ਲਿਆ, ਬੜਾ ਸੋਹਣਾ ਸ਼ਾਇਰ ਆ। ਇਸ ਤੋਂ ਇਲਾਵਾ ਪਰਸਨਲੀ ਗੱਲ ਦੱਸੀ ਆ, ਕਾਫੀ ਨੌਜਵਾਨ ਮੇਰੇ ਤੋਂ ਫੋਨ ਕਰਕੇ ਮੈਸੇਜ ਕਰਕੇ ਟਿਪਸ ਵੀ ਲੈਂਦੇ ਆ, ਖੁਰਾਕ ਮੇਰੇ ਤੋਂ ਪੁੱਛਦੇ ਆ, ਅਤੇ ਬਾਕੀ ਹੋਰ ਲਿਟਰੇਚਰ ਦੀ ਗੱਲ ਕਰਦੇ ਤੁਸੀਂ ਪੜ੍ਹਦੇ ਕੀ ਆ, ਕਿਹਨੂੰ ਫੋਲੋ ਕਰਦੇ ਆ, ਮੈਂ ਕਹਿੰਦਾ ਭਾਈ ਮੈਂ ਤੁਸੀਂ ਮੇਰੇ ਫੈਨ ਨਾ ਹੋਵੋ, ਤੁਸੀਂ ਫੈਨ ਉਹਨਾਂ 'ਚ ਹਵਾ ਸਕਾਰ ਵਿੱਚ ਜੋ ਪੰਨਿਆਂ ਉੱਤੇ ਸਾਡੇ ਯੋਧੇ ਹੋਏ ਉਹਨਾਂ ਦੇ ਫੈਨ ਹੋਵੋ ਨਾ। ਜੀ ਜੀ, ਪਿੱਛੇ ਜੇ ਤੁਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਮਦ ਨੂੰ ਲੈ ਕੇ ਵੀ ਕੁਛ ਆਪਣੀ ਐਕਟੀਵਿਟੀ ਕਰਕੇ ਲੋਕਾਂ ਨੂੰ ਵਿਖਾਈ? ਉਹ ਇੱਕ ਐਕਟੀਵਿਟੀ ਤੁਸੀਂ ਕਹਿ ਸਕਦੇ ਆ ਜਾਂ ਤੁਸੀਂ ਉਪਰਾਲਾ ਕਹਿ ਸਕਦੇ ਆ, ਹੈ ਨਾ, ਉਹ ਇਸ ਕਰਕੇ ਦਿਖਾਈ ਗਈ ਆ ਜਸਟਿਨ ਟਰੂਡੋ ਤੋਂ ਜੋ ਪਹਿਲਾਂ ਗੱਲ ਕਰਦੇ ਹਰਜੀਤ ਸਿੰਘ ਸੱਜਣ, ਜੇ ਹਰਜੀਤ ਸਿੰਘ ਸੱਜਣ ਤੋਂ ਪਹਿਲਾਂ ਗੱਲ ਕਰਦਾ ਪੰਜਾਬੀਆਂ ਦੇ ਗੱਡੇ ਹੋਏ ਝੰਡੇ, ਸਾਡੇ ਪੰਜਾਬੀਆਂ ਜਿੱਥੇ ਵੀਰੇ ਝੰਡੇ ਗੱਡੇ ਆ, ਖੂਨ ਪਸੀਨਾ ਕਰਕੇ ਮਿਹਨਤ ਕਰਕੇ ਪੰਜਾਬੀ ਜਿੱਥੇ ਜਾਂਦੇ ਨਾ ਵੱਖਰਾ ਬਣਾਉਂਦੇ ਆ, ਚਲੋ ਮਹਾਰਾਜ ਨੇ ਕਿਰਪਾ ਕੀਤੀ ਸਾਡੀ ਪੰਜਾਬੀ ਕੌਮ ਵਧੇ ਫੁੱਲੇ। ਹਰਜੀਤ ਸਿੰਘ ਸੱਜਣ ਵਰਗੇ ਜੇ ਮੈਂ ਸਲੂਟ ਕਰਦਾ ਸਰ ਨੂੰ, ਸਾਡੀ ਟਰਬਨ ਨੂੰ ਪ੍ਰਮੋਟ ਕੀਤਾ ਉਹਨਾਂ ਨੇ, ਸਰਦਾਰ ਉੱਥੇ ਜਾ ਕੇ ਡਿਫੈਂਸ ਮਿਨਿਸਟਰ ਹੋਇਆ, ਕਾਫੀ ਮੰਤਰੀ ਸੰਤਰੀ ਵੱਡੇ ਵੱਡੇ ਅਹੁਦੇ ਨੇ, ਸਾਡੇ ਬੰਦੇ ਭਾਰਤੀ ਲੋਕ ਜਿਹੜੇ ਉੱਥੇ ਗਏ ਨੇ ਕੈਨੇਡਾ ਵਿੱਚ, ਉੱਥੋਂ ਦੀ ਸਰਕਾਰ ਨੇ ਬੁੱਕਲ ਵਿੱਚ ਲਿਆ, ਸੋ ਮੈਂ ਉਹਨਾਂ ਨੂੰ ਸਲਿਊਟ ਕਰਦਾ ਜਸਟਿਨ ਟਰੂਡੋ ਜੀ ਨੂੰ ਜਾਂ ਉੱਥੋਂ ਦੀ ਸਰਕਾਰ ਨੂੰ ਕਿ ਸਾਡੇ ਤੁਸੀਂ ਇੱਥੋਂ ਦੇ ਇੰਡੀਅਨਸ ਨੂੰ ਬਰਾਬਰ ਦੇ ਹੱਕ ਅਤੇ ਬਰਾਬਰ ਦੇ ਇੱਥੋਂ ਤੁਸੀਂ ਉਹਨੂੰ ਸਮਾਜ ਵਿੱਚੋਂ ਹੱਕ ਦਿੱਤੇ। ਜੀ ਜੀ, ਤੁਸੀਂ ਇਸ ਜਿਹੜੇ ਸਰੀਰਕ ਕਰਤੱਵ ਕਰਦੇ ਹੋ, ਸਰੀਰ ਦਾ ਜ਼ੋਰ ਵਿਖਾਉਂਦੇ ਹੋ, ਲੋਕਾਂ ਨੇ ਬੜਾ ਪਸੰਦ ਕੀਤਾ, ਅਤੇ ਫਿਲਮਾਂ ਵੱਲ ਵੀ ਮੇਰਾ ਖਿਆਲ ਤੁਹਾਨੂੰ ਮੌਕਾ ਮਿਲਿਆ, ਜਿਹੜਾ ਲੋਕ ਚਾਹੁੰਦੇ ਸੀਗੇ ਉਹ ਤੁਹਾਡੀ ਮਕਬੂਲੀਅਤ ਨੂੰ ਵੇਖ ਕੇ ਤੁਹਾਡੀ ਆਸ ਵੀ ਪੂਰੀ ਹੋਈ।
ਕਿ ਤੁਸੀਂ ਗੱਲ ਪਤਾ ਕਰ ਲਈ ਭਾਅ ਜੀ? ਕਿਆ ਬਾਤ! ਹਾਂਜੀ ਭਾਅ ਜੀ, ਦੁੱਲਾ ਵੈਲੀ ਇੱਕ ਮੂਵੀ ਹੈਗੀ ਆ, ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਜੋ ਵੀ ਹੁਣ ਫੇਸਬੁੱਕ 'ਤੇ ਐਕਟਿਵ ਹੋਇਆ ਇਹ ਉਸ ਤੋਂ ਪਹਿਲਾਂ ਦੀ ਮੂਵੀ ਕਰ ਲਈ ਮੈਂ। ਦੁੱਲਾ ਵੈਲੀ ਮੂਵੀ, ਗੂਗਲ ਭਾਅ ਜੀ, ਯੋਗਰਾਜ ਉਨੀ, ਸਾਰੇ ਬੰਦੇ ਇਕੱਠੇ ਹੈਗੇ ਆ, ਚ ਮਸਦੀਕ ਉਨੀ, ਸਰਬਜ ਚੀਮਾ, ਉਹ 'ਚ ਇੱਕ ਛੋਟਾ ਮੋਟਾ ਮੈਨੂੰ ਕਿਰਦਾਰ ਕਰਨ ਦਾ ਮੌਕਾ ਮਿਲਿਆ। ਬਾਈ ਮੈਂ ਕਹਿੰਦਾ ਤੁਹਾਡੇ ਨਾਲ ਗੱਲਾਂ ਤੋਂ ਜ਼ਿਆਦਾ ਜਿਹੜੀ ਤੁਹਾਡੀ ਐਕਟੀਵਿਟੀ ਨੂੰ ਲੋਕ ਜ਼ਿਆਦਾ ਮਾਣਦੇ ਨੇ। ਜਾਂਦੇ ਜਾਂਦੇ ਪੰਜਾਬ ਦੀ ਜਵਾਨੀ ਨੂੰ ਕੀ ਕਹਿਣਾ ਚਾਹੋਗੇ? ਮੈਂ ਜਾਂਦੇ ਜਾਂਦੇ ਪੰਜਾਬ ਦੀ ਜਵਾਨੀ ਨੂੰ ਬਿੱਟੂ ਵੀਰੇ ਅੱਜ ਪੂਰੇ ਜਜ਼ਬਾਤ ਦੇ ਨਾਲ, ਜੋਸ਼ ਨਾਲ, ਹੋਸ਼ ਨਾਲ ਹੀ ਕਹਾਂਗਾ ਕਿ ਸਾਡੇ ਇਤਿਹਾਸ ਦੇ ਵਿੱਚ ਉਹਨਾਂ ਯੋਧਿਆਂ ਨੂੰ ਵੇਖੋ ਜਿਹੜੇ ਕਿਲੋਆਂ ਦੇ ਹਿਸਾਬ ਨਾਲ, ਸਿਰਾਂ ਦੇ ਹਿਸਾਬ ਨਾਲ ਖੰਡਾ ਫੜ ਕੇ ਵੈਰੀ ਦੇ ਸੱਥਰ ਲਾਉਣਾ ਜਾਣਦੇ ਆ, ਜਿਹੜੇ ਭਾਜੜਾ ਪਾਉਂਦੇ ਨੇ ਵੈਰੀਆਂ ਨੂੰ। ਮੈਂ ਕਹਿੰਦਾ ਉਹਨਾਂ ਯੋਧਿਆਂ ਵਰਗੇ ਬਣੋ, ਖੁਰਾਕਾਂ ਖਾਓ, ਮਿਹਨਤਾਂ ਕਰੋ। ਸੋ ਬਾਈ ਜੀ, ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ। ਉਮੀਦ ਹੈ ਪੰਜਾਬ ਦੇ ਜਿਹੜੇ ਨੌਜਵਾਨ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਨੇ ਉਹ ਹੈਪੀ ਤੋਂ ਜ਼ਰੂਰ ਪ੍ਰੇਰਨਾ ਲੈਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜਨਾਬ, ਤੁਹਾਡਾ ਵੀ ਬਹੁਤ ਧੰਨਵਾਦ, ਅਤੇ ਤੁਹਾਡੀ ਸਾਰੀ ਆਡੀਅੰਸ ਦਾ ਬਹੁਤ ਧੰਨਵਾਦ, ਸਮੁੱਚੇ ਪੰਜਾਬ ਦਾ ਧੰਨਵਾਦ, ਅਤੇ ਖਾਸ ਕਰਕੇ ਤੁਹਾਡਾ ਧੰਨਵਾਦ ਮੇਰੀ ਗੁਹਾਰ ਸਾਰੇ ਮੁੰਡਿਆਂ ਦੇ ਤੱਕ, ਜਿੰਨੇ ਨੌਜਵਾਨ ਹੈਗੇ ਉਹਨਾਂ ਤੱਕ ਲੈ ਕੇ ਗਏ ਹੋ, ਸਾਰੀ ਸਮੁੱਚੀ ਪੰਜਾਬੀਅਤ ਕੌਮ ਦਾ, ਪੂਰੇ ਹੀ ਇੰਡੀਆ ਦਾ, ਜਿੰਨੇ ਸਪੋਰਟ ਕੀਤਾ ਆ, ਜ਼ਰੂਰ ਨਹੀਂ ਪੰਜਾਬੀਆਂ ਨਾਲ ਆ ਰਿਹਾ ਮੈਂ, ਪੂਰੇ ਇੰਡੀਅਨਸ ਹੈ ਨਾ, ਵਰਲਡ ਵਿੱਚ ਜਿੱਥੇ ਬੈਠੇ ਭਰਾ ਹੈਗੇ, ਸਾਰਿਆਂ ਦਾ ਬਹੁਤ ਧੰਨਵਾਦ ਜਿਹਨੇ ਇੰਨਾ ਸਪੋਰਟ ਕੀਤਾ। ਆਉਣ ਵਾਲੇ ਸਮੇਂ ਭਾਈ ਸਪੋਰਟ ਕਰਦੇ ਰਹੋ, ਇਹ ਸਪੋਰਟ ਤੁਸੀਂ ਮੈਨੂੰ ਨਹੀਂ ਕਰ ਰਹੇ ਹੋ, ਸਪੋਰਟ ਤੁਸੀਂ ਸਾਡੇ ਯੋਧਿਆਂ ਨੂੰ ਜੋ ਸਾਡੇ ਹੋਏ ਆ, ਹੈ ਨਾ, ਸੋਲਜਰ ਹੋਏ ਆ, ਤੁਸੀਂ ਉਹਨਾਂ ਨਾਲ ਸਪੋਰਟ ਕਰ ਰਹੇ ਹੋ, ਉਹਨਾਂ ਦੀ ਸੋਚ ਮੈਂ ਤੁਹਾਡੇ 'ਚ ਰੱਖ ਰਿਹਾ। ਥੈਂਕ ਯੂ ਭਾਈ।